ਸਤਿ ਸ੍ਰੀ ਅਕਾਲ ਜੀ। ਅੱਜ ਤੁਹਾਡੇ ਨਾਲ ਤਾਂ ਰੂਬਰੂ ਹੋ ਰਿਹਾ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਜਿੱਥੇ ਤਾਂ ਹਾਰ ਮੰਨ ਲਈ ਹੈ ਇਹਨਾਂ ਇਲੈਕਸ਼ਨਾਂ ਚ, ਉੱਥੇ ਮੈਂ ਸਮਝਦਾ ਇਹ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ। ਔਰ ਇਹ ਗੱਲ ਤਾਂ ਸਾਰੀ ਜਾਣਦੇ ਕਿ ਕਿਵੇਂ ਸਰਪੰਚੀ ਦੀ ਇਲੈਕਸ਼ਨਾਂ ਨੂੰ ਡਿਲੇ ਕੀਤਾ ਗਿਆ, ਔਰ ਇੰਨੇ ਡਿਲੇ ਤੋਂ ਬਾਅਦ ਜਦੋਂ ਹਾਈਕੋਰਟ ਦੀ ਫਟਕਾਰ ਪਈ ਹੈ ਫਿਰ ਇਹ ਇਲੈਕਸ਼ਨ ਕਰਾਉਣ ਤੇ ਆਏ ਆ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਮਜੀਠੇ 'ਚ ਇੱਕ IAS ਅਫਸਰ ਨੂੰ ਐਜ਼ SDM ਲਾਇਆ ਸੀ ਅੱਜ ਤੋਂ 15-20 ਦਿਨ ਪਹਿਲਾਂ, ਔਰ ਉਹ ਬੇਖੂਬੀ ਆਪਦਾ ਕੰਮ ਕਰ ਰਹੇ ਸਨ। ਔਰ ਕਿਉਂਕਿ ਇੱਕ IAS ਅਫਸਰ ਸਨ, ਟੋਪਰ ਮੰਨੇ ਜਾਂਦੇ ਆਪਦੇ ਸਮਿਆਂ 'ਚ, ਉਹਨਾਂ ਨੂੰ ਜਦੇ ਜ਼ਿੰਮੇਵਾਰੀ ਮਿਲੀ ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ, ਉਹਨਾਂ ਦੇ ਵੀ ਮਨ 'ਚ ਸੀਗਾ ਕਿ ਮੈਂ ਲੋਕਤੰਤਰ ਨੂੰ ਤਗੜਾ ਕਰਨਾ, ਡੈਮੋਕਰੇਸੀ ਬਹਾਲ ਰੱਖਣੀ ਹੈ। ਲੋਕਤੰਤਰ ਦੀ ਬਹਾਲੀ ਵਾਸਤੇ ਉਹਨਾਂ ਨੇ ਇਸ ਇਲੈਕਸ਼ਨ 'ਚ, ਪੰਚਾਇਤੀ ਇਲੈਕਸ਼ਨ 'ਚ ਹਰੇਕ ਦੀ ਪਾਰਟੀਸਪੇਸ਼ਨ ਹੋਵੇ ਉਹਨੂੰ ਯਕੀਨੀ ਬਣਾ ਰਹੇ ਸਨ। ਮਗਰ ਬੜੀ ਹੈਰਾਨਗੀ ਹੋਈ ਕਿ ਕੱਲ੍ਹ ਉਹਨਾਂ ਦੀ ਬਦਲੀ ਕਰਤੀ ਗਈ ਆ, ਔਰ IAS ਅਫਸਰ ਨੂੰ ਬਦਲ ਕੇ ਹੁਣ ਇੱਕ PCS ਅਫਸਰ ਨੂੰ ਉੱਥੇ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ। ਇਹ ਨਹੀਂ ਕਿ ਮੈਂ ਉਸ PCS ਅਫਸਰ ਦੇ ਖਿਲਾਫ ਕਿਸੇ ਤਰੀਕੇ ਦੀ ਵੀ ਟਿੱਪਾ ਟਿੱਪਣੀ ਕਰਨਾ ਚਾਹੁੰਦਾ, ਮਗਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਇੱਕ IAS ਅਫਸਰ ਉੱਥੇ ਕੰਮ ਬੜੇ ਸੁਚਾਰੂ ਢੰਗ ਨਾਲ, ਵਧੀਆ ਤਰੀਕੇ ਨਾਲ, ਪਾਰਦਰਸ਼ਤਾ ਨਾਲ ਪੰਚਾਇਤਾਂ ਦੀ ਇਸ ਇਲੈਕਸ਼ਨ 'ਚ ਮੈਕਸੀਮਮ ਪਾਰਟੀਸਪੇਸ਼ਨ ਨੂੰ ਲੈ ਕੇ ਉੱਥੇ ਚਿੰਤਿਤ ਸਨ, ਸਾਰਿਆਂ ਨੂੰ ਉਹਦੇ 'ਚ ਅਪੀਲ ਕਰ ਰਹੇ ਸੀ ਕਿ ਪਾਰਟੀਸਪੇਟ ਕਰਨ, ਕਿਸੇ ਤਰੀਕੇ ਦੀ ਬੇਇਨਸਾਫੀ ਧੱਕੇਸ਼ਾਹੀ ਨਹੀਂ ਹੋ ਰਹੀ ਸੀ। ਅੱਜ ਲਾਸਟ ਡੇ ਆਫ ਨੋਮੀਨੇਸ਼ਨ ਜਿਹੜੀ ਕੱਲ੍ਹ ਹੈ, ਕਿਉਂਕਿ ਅੱਜ 3 ਤਰੀਕ ਨੂੰ ਛੁੱਟੀ ਹੈ, 4 ਤਰੀਕ ਨੂੰ ਅਖੀਰਲਾ ਦਿਨ ਹੈ ਨੋਮੀਨੇਸ਼ਨ ਦਾ। ਇੱਕ IAS ਅਫਸਰ ਨੂੰ ਬਦਲ ਕੇ PCS ਲਾਉਣ ਦਾ ਸਰਕਾਰ ਦਾ ਮਕਸਦ ਕੀ ਹੈ, ਮਤਲਬ ਕੀ ਹੈ? ਮੈਂ ਪੁੱਛਣਾ ਚਾਹੁੰਦਾ ਚੀਫ ਸੈਕਟਰੀ ਸਾਹਿਬ ਨੂੰ ਕਿ ਵਾਟ ਆਰ ਦਾ ਰੀਜ਼ਨਸ, ਤੁਸੀਂ ਕਿਹੜੇ ਕਾਰਨ ਦੱਸੇ ਹੈ ਇਸ IAS ਅਫਸਰ ਨੂੰ ਬਦਲ ਕੇ ਇੱਕ ਜੂਨੀਅਰ ਲੈਵਲ ਦੇ PCS ਅਫਸਰ ਨੂੰ ਲਾ ਕੇ ਐਡੀਸ਼ਨਲ ਚਾਰਜ ਦੇਣ ਦਾ? ਮਕਸਦ ਬੜਾ ਸਾਫ਼ ਹੈ, ਤੁਹਾਡੇ ਜਿਹੜੇ ਉੱਥੋਂ ਦੇ ਹਲਕਾ ਇੰਚਾਰਜ ਨੇ ਔਰ ਜੋ ਜ਼ਿੰਮੇਵਾਰ ਸੱਜਣ ਨੇ ਆਮ ਆਦਮੀ ਪਾਰਟੀ ਨਾਲ, ਉਹਨਾਂ ਨੂੰ ਆਪ ਦੀ ਹਾਰ ਕੰਧ ਤੇ ਦਿਸੀ, ਸਾਹਮਣੇ ਨਜ਼ਰ ਆਉਂਦੀ। ਇਹ ਸਭ ਨੂੰ ਸਮਝ ਆ ਗਈ ਸੀ ਕਿ ਭਾਈ ਇਹਨਾਂ ਨੇ ਇਲੈਕਸ਼ਨ ਨਹੀਂ ਜਿੱਤਣੀ, ਔਰ ਇਹੀ ਕਾਰਨ ਬਣਿਆ ਕਿ ਜਿਹੜਾ ਫਰੀ ਐਂਡ ਫੇਅਰ ਇਲੈਕਸ਼ਨ ਕਰਾ ਰਿਹਾ ਸੀ ਅੱਜ ਤੁਸੀਂ ਉਹਦੀ ਬਦਲੀ ਕਰਤੀ ਹੈ, ਤਬਾਦਲਾ ਕਰਤਾ ਹੈ, ਔਰ ਕੱਲ੍ਹ ਅਖੀਰਲਾ ਦਿਨ ਹੈ ਨੋਮੀਨੇਸ਼ਨ ਦਾ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ BDO ਦੇ ਦਫ਼ਤਰਾਂ 'ਚ, ਇਹ BDO ਜਿਹੜਾ ਮਜੀਠੇ ਲੱਗਿਆ ਅਮਨਦੀਪ ਸਿੰਘ, BDO ਜਿਹੜਾ ਤਰਸਿੱਕੇ ਲੱਗਿਆ, ਉਹਦਾ ਨਾਮ ਮੈਨੂੰ ਮੈਂ ਭੁੱਲਦਾ, ਨਗਰ ਤਰਸਿੱਕੇ ਜਿਹੜੇ BDO ਸਾਹਿਬ ਲੱਗੇ ਆ, ਉਹਨਾਂ ਦੀ ਵੀ ਕਾਰਵਾਈ ਕੋਈ ਐਡੀ ਵਧੀਆ ਪਾਰਦਰਸ਼ਤਾ ਵਾਲੀ ਨਹੀਂ ਹੈ। ਬਹੁਤ ਵੱਡੇ ਪੱਧਰ 'ਤੇ ਪੈਸਿਆਂ ਦਾ ਲੈਣ ਦੇਣ ਹੋਇਆ ਸਰਪੰਚੀ ਦੇ ਮਸਲੇ 'ਚ, ਔਰ ਕੱਲ੍ਹ ਵੀ ਜੋ ਇਹ ਮੈਨੂੰ ਖਦਸ਼ਾ ਕਿ ਇਹਨਾਂ ਨੇ ਰੂਲਿੰਗ ਪਾਰਟੀ ਨੂੰ, ਜਿਨ੍ਹਾਂ ਦੇ ਨਾਲ ਇਹਨਾਂ ਦੇ ਹੱਥ ਰਲੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਬੜਾ ਕੁਛ ਕਰਨਾ ਹੈ। ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕਰਦਾ ਪੰਜਾਬ ਨੂੰ ਕਿ ਆਰ ਯੂ ਹੈਂਡ ਇਨ ਗਲਵਸ ਵਿਦ ਦ ਗਵਰਨਮੈਂਟ ਇਫ ਯੂ ਆਰ ਨਾਟ। ਜੇ ਤੁਸੀਂ ਵੀ ਚਾਹੁੰਦੇ ਹੋ ਫਰੀ ਐਂਡ ਫੇਅਰ ਇਲੈਕਸ਼ਨ ਹੋਵੇ, ਲੋਕਤੰਤਰ ਬਹਾਲ ਰਵੇ, ਤੇ ਕਾਈਂਡਲੀ ਲੋਕਾਂ ਨੂੰ ਜ਼ਰੂਰ ਜਨਤਕ ਕਰਿਓ ਕਿ ਇੱਕ ਸੀਨੀਅਰ IAS ਅਫਸਰ ਨੂੰ ਬਦਲ ਕੇ PCS ਅਫਸਰ ਨੂੰ ਐਡੀਸ਼ਨਲ ਚਾਰਜ ਦੇਣ ਦਾ ਮਤਲਬ ਕੀ ਸੀ। ਦੂਜੀ ਗੱਲ, ਜੇ ਤੁਸੀਂ ਫਰੀ ਐਂਡ ਫੇਅਰ ਇਲੈਕਸ਼ਨ ਚਾਹੁੰਦੇ ਹੋ, ਕੱਲ 80% ਲੋਕਾਂ ਨੇ ਕਾਗਜ਼ ਕੱਲ੍ਹ ਦਾਖਲ ਕਰਨੇ, ਹਾਲੇ 20-30% ਲੋਕਾਂ ਨੇ ਕਾਗਜ਼ ਦਾਖਲ ਕੀਤੇ। ਜਦੋਂ ਐਡੀ ਵੱਡੀ ਗਿਣਤੀ 'ਚ ਕਾਗਜ਼ ਦਾਖਲ ਹੋਣੇ ਆ, ਕਿੰਨੇ ਕੁ ਪ੍ਰਬੰਧ ਕੀਤੇ ਆ, ਵਧੀਆ ਪ੍ਰਬੰਧ ਕੀਤੇ ਆ ਜਿਹਦੇ ਨਾਲ ਸਾਰੇ ਉੱਥੇ ਪਹੁੰਚ ਜਾਣ,
ਸਾਰਿਆਂ ਦੇ ਕਾਗਜ਼ ਦਾਖਲ ਹੋ ਜਾਣ, ਕਿਸੇ ਨੂੰ NOC ਲੈਣ ਕਰਕੇ, ਚੁੱਲ੍ਹਾ ਟੈਕਸ ਲੈਣ ਕਰਕੇ, ਹੋਰ ਜਿਹੜੀਆਂ ਠੀਕ ਹੈ ਤੁਸੀਂ ਭਾਵੇਂ ਐਫੀਡੈਵਿਟ ਇੰਟਰੋਡਿਊਸ ਕਰਤਾ, ਮਗਰ ਟਰਾਂਸਪੇਰੈਂਸੀ ਇਹਦੇ 'ਚ ਦੇਖਣ ਨੂੰ ਨਹੀਂ ਮਿਲ ਰਹੀ। ਔਰ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ, ਦਿਸ ਇਜ਼ ਜਸਟ ਐਨ ਆਈ ਵਾਸ਼। ਇਹ ਕਾਰਵਾਈ ਕੀਤੀ ਜਾ ਰਹੀ ਹੈ, ਔਰ ਜੇ ਕੱਲ੍ਹ ਇਲੈਕਸ਼ਨ ਕਮਿਸ਼ਨ ਇਹਦੇ 'ਚ ਇੰਟਰਵੀਨ ਨਹੀਂ ਕਰਦਾ, ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ DC ਸਾਹਿਬ, ਜਿਨ੍ਹਾਂ ਤੋਂ ਮੈਂ ਬੜੀ ਆਸ ਰੱਖਦਾ ਕਿ ਉਹ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹਰ ਸੰਭਵ ਕਦਮ ਚੁੱਕਣਗੇ, ਨਹੀਂ ਦਿਸ ਵਿਲ ਰਿਜ਼ਲਟ ਇਨ ਅ ਗਰੇਵ ਸਿਚੁਏਸ਼ਨ। ਜੇ ਕੱਲ ਕੋਈ ਇਹੋ ਜਿਹੀ ਧੱਕੇਸ਼ਾਹੀ ਦੀ ਕਿਸੇ ਨੇ ਪਲੈਨਿੰਗ ਕੀਤੀ, ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਅਤੇ ਲੋਕਤੰਤਰ ਦਾ, ਡੈਮੋਕਰੇਸੀ ਦਾ ਹੋ ਸਕਦਾ। ਔਰ ਜੇ ਕੱਲ ਕਿਸੇ ਦੀ ਇਸ ਲੜਾਈ ਝਗੜੇ 'ਚ ਜਾਨੀ ਮਾਲੀ ਨੁਕਸਾਨ ਪਹੁੰਚਦਾ, ਉਹਦੇ ਲਈ ਸਿੱਧੇ ਜ਼ਿੰਮੇਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਫਸਰ ਸਾਹਿਬਾਨ ਹੋਣਗੇ, ਔਰ ਸਰਕਾਰ ਹੋਊਗੀ ਜਿਹਦੀ ਮਨਸ਼ਾ ਹੀ ਨਹੀਂ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ। ਸੋ ਮੈਂ ਆਸ ਕਰੂੰਗਾ, ਉਮੀਦ ਕਰੂੰਗਾ, ਲੋਕਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵੱਧ ਚੜ੍ਹ ਕੇ ਇੱਕ ਲੋਕਤੰਤਰ ਨੂੰ ਕਾਮਯਾਬ ਕਰਨ ਲਈ ਸਰਕਾਰਾਂ ਨੂੰ ਭਾਵੇਂ ਘੇਰਨਾ ਪਵੇ ਘੇਰਨ ਲਈ ਤਿਆਰ ਰਹੇ ਹੋ, ਔਰ ਆਪੋਜੀਸ਼ਨ ਦੀ ਪਾਰਟੀ ਦੇ ਮੈਂਬਰ ਤੁਹਾਡਾ ਹਰ ਸੰਭਵ ਸਾਥ ਦੇਣਗੇ, ਮਗਰ ਜਿੱਤ ਲੋਕਤੰਤਰ ਦੀ, ਡੈਮੋਕਰੇਸੀ ਦੀ ਹੋਣੀ ਚਾਹੀਦੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।